ਪੰਜਾਬ ਵਿਧਾਨ ਸਭਾ ਦਾ ਬਜਟ ਸੱਤਰ ਜਿਹੜਾ ਹੈ ਸ਼ੁਰੂ ਹੋ ਚੁੱਕਿਆ, ਅੱਜ ਉਸ ਦਾ ਚੌਥਾ ਦਿਨ ਹੈ। ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਕੱਲ 28 ਤਰੀਕ ਨੂੰ ਆਪਣਾ ਬਜਟ ਜਿਹੜਾ ਹੈ ਪੰਜਾਬ ਦਾ ਉਹ ਪੇਸ਼ ਕਰਨਗੇ। ਸਾਡੇ ਨਾਲ ਪਰਮਿੰਦਰ ਢੀਂਡਸਾ ਸਾਹਿਬ ਨੇ, ਢੀਂਡਸਾ ਸਾਹਿਬ ਪਿਛਲੀ ਸਰਕਾਰ 'ਚ, ਅਕਾਲੀ ਬੀਜੇਪੀ ਸਰਕਾਰ 'ਚ ਵਿੱਤ ਮੰਤਰੀ ਸੀਗੇ। ਲਗਾਤਾਰ 5 ਸਾਲ ਉਹਨਾਂ ਨੇ ਬਜਟ ਪੇਸ਼ ਕੀਤਾ। ਹੁਣ ਕਿਹਾ ਜਾ ਰਿਹਾ ਕਿ ਖਜ਼ਾਨਾ ਜਿਹੜਾ ਖਾਲੀ ਹੈ ਔਰ ਲੋਕਾਂ ਦੀ ਉਮੀਦਾਂ ਬਹੁਤ ਜ਼ਿਆਦਾ ਹੈ। ਸਰਕਾਰ ਤੋਂ ਕਰਮਚਾਰੀ ਵੀ ਨਾਰਾਜ਼ ਹੈ, ਮਜ਼ਦੂਰ ਵੀ ਨਾਰਾਜ਼ ਹੈ, ਕਿਸਾਨ ਵੀ ਨਾਰਾਜ਼ ਹੈ। ਸਾਡੇ ਨਾਲ ਪਰਮਿੰਦਰ ਢੀਂਡਸਾ ਜੀ ਆ, ਉਹਨਾਂ ਨਾਲ ਗੱਲਬਾਤ ਕਰਦੇ ਹਾਂ ਕਿ ਵਿੱਤ ਮੰਤਰੀ ਦੇ ਉੱਤੇ ਕਿੰਨਾ ਕੁ ਦਬਾਅ ਰਹਿੰਦਾ ਵੀ ਬਜਟ ਪੇਸ਼ ਕਰਨ ਲੱਗੇ ਜਾਂ ਬਜਟ ਬਣਾਉਣ ਲਈ ਉਹਨਾਂ ਦੇ ਉੱਤੇ ਕਿੰਨਾ ਕੁ ਦਬਾਅ ਰਹਿੰਦਾ, ਕਿੰਨੇ ਦਬਾਅ ਦੇ ਹੇਠਾਂ ਉਹ ਬਜਟ ਤਿਆਰ ਕਰਦੇ ਆ, ਅਸੀਂ ਪਰਮਿੰਦਰ ਢੀਂਡਸਾ ਜੀ ਤੋਂ ਜਾਣਦੇ। ਢੀਂਡਸਾ ਸਾਹਿਬ, ਕੱਲ੍ਹ ਬਜਟ ਪੇਸ਼ ਹੋਣਾ, ਜਦੋਂ ਤੁਸੀਂ ਪੇਸ਼ ਕਰਦੇ ਸੀ ਕਿੰਨਾ ਕੁ ਦਬਾਅ ਰਹਿੰਦਾ ਸੀਗਾ? ਦੇਖੋ, ਬਜਟ ਬਣਾਉਣ ਵੇਲੇ ਬਹੁਤ ਦਬਾਅ ਰਹਿੰਦਾ, ਕਿਉਂਕਿ ਦੇਖੋ ਸਾਰੇ ਵੱਖ ਵੱਖ ਮਹਿਕਮੇ ਜਿਹੜੇ ਸਰਕਾਰ ਦੇ, ਉਹਨਾਂ ਦੀ ਇੱਛਾ ਹੁੰਦੀ ਹੈ ਵੀ ਸਾਨੂੰ ਵੱਧ ਤੋਂ ਵੱਧ ਸਾਨੂੰ ਫੰਡ ਦਿੱਤੇ ਜਾਣ, ਸਾਡੀਆਂ ਵੱਧ ਤੋਂ ਵੱਧ ਸਕੀਮਾਂ ਸਾਡੀਆਂ ਚਲਾਈਆਂ ਜਾਣ। ਦੂਜਾ, ਜੋ ਪਾਰਟੀਆਂ ਦੇ ਮੈਨੀਫੈਸਟੋ ਹੁੰਦੇ ਨੇ ਉਹਨਾਂ ਨੂੰ ਲਾਗੂ ਕਰਨ ਦਾ ਪ੍ਰੈਸ਼ਰ ਹੁੰਦਾ ਹੈ, ਅਤੇ ਤੀਜੇ ਪਾਸੇ ਜਿਹੜਾ ਜਿਹੜੇ ਸਾਧਨ ਨੇ ਉਹ ਹਮੇਸ਼ਾ ਸੀਮਿਤ ਹੀ ਹੁੰਦੇ ਆ। ਖਾਸ ਤੌਰ 'ਤੇ ਪੰਜਾਬ ਵਿੱਚ ਤਾਂ ਜਿਹੜਾ ਆਰਥਿਕ ਸੰਕਟ ਪਿਛਲੇ 15-20 ਸਾਲਾਂ ਤੋਂ ਚੱਲ ਰਿਹਾ, ਸੋ ਇਸ ਲਈ ਇਹਨਾਂ ਹਾਲਾਤਾਂ ਦੇ ਵਿੱਚ ਜਿਹੜਾ ਇੱਕ ਬੈਲੈਂਸ ਬਜਟ ਦੇਣਾ ਵਾਕਈ ਔਖਾ ਕੰਮ ਤਾਂ ਹੁੰਦਾ ਹੀ ਹੈ, ਪਰ ਫਿਰ ਵੀ ਜਿਹੜਾ ਹੈ ਸਾਰਿਆਂ ਦੇ ਸਹਿਯੋਗ ਦੇ ਨਾਲ ਜਿਹੜਾ ਹੈ ਸਿਰੇ ਚੜ੍ਹੀ ਜਾਂਦਾ ਹੈਗਾ, ਪਰ ਸਟ੍ਰੈਸ ਜ਼ਰੂਰ ਹੁੰਦਾ ਇਹਦੇ ਬਾਰੇ। ਢੀਂਡਸਾ ਸਾਹਿਬ, ਖਜ਼ਾਨਾ ਖਾਲੀ ਆ, ਲੋਕਾਂ ਨੂੰ ਬਹੁਤ ਉਮੀਦਾਂ, 3 ਸਾਲ ਜਿਹੜੇ ਆ ਸਰਕਾਰ ਦੇ ਨਿਕਲ ਚੁੱਕੇ ਆ, ਔਰ ਜਿਸ ਟਾਈਮ ਕਾਂਗਰਸ ਸਰਕਾਰ ਬਣੀ ਸੀ ਇਲੈਕਸ਼ਨ ਵਾਲੇ ਬਹੁਤ ਵੱਡੇ ਵੱਡੇ ਅਸੀਂ ਵਾਅਦੇ ਕਰ ਲਏ ਸੀ, ਔਰ ਜਿਹੜੇ ਉਹ ਵਾਅਦੇ ਆ ਉਹ ਹਾਲੇ ਵੀ ਪੈਂਡਿੰਗ ਆ। ਤੁਹਾਨੂੰ ਕੀ ਲੱਗਦਾ ਇਸ ਬਾਰੇ ਕੀ ਰਹੇਗਾ, ਉਹ ਵਾਅਦਿਆਂ 'ਤੇ ਕੁਛ ਅਮਲ ਹੋ ਪਾਏਗਾ, ਲੋਕਾਂ ਨੂੰ ਕੁਛ ਉਮੀਦਾਂ ਬੰਨਣਗੀਆਂ, ਲੋਕਾਂ ਨੂੰ ਕੁਛ ਮਿਲੇਗਾ, ਕੀ ਲੱਗਦਾ? ਦੇਖੋ, ਮੈਨੂੰ ਲੱਗਦਾ ਵੀ ਪਿਛਲੇ ਬਜਟਾਂ ਵਾਂਗੂ ਇਹ ਵੀ ਖੋਖਲਾ ਬਜਟ ਹੀ ਹੋਊਗਾ, ਕਿਉਂਕਿ ਪਿਛਲੇ ਬਜਟ ਦੀ ਆਪਾਂ ਕਹੀਏ, ਇਹਨਾਂ ਨੇ ਜੋ ਆਮਦਨ ਦਿਖਾਈ ਸੀ ਵੀ ਅਸੀਂ ਇੰਨੇ ਪੈਸੇ ਇਕੱਠੇ ਕਰਾਂਗੇ ਵੱਖ ਵੱਖ ਸਾਧਨਾਂ ਤੋਂ, ਉਹਦੇ ਵਿੱਚੋਂ ਮੈਨੂੰ ਲੱਗਦਾ ਸਿਰਫ 70% 80% ਹੀ ਬਜਟ, ਐਕਚੁਅਲੀ 70% ਹੀ ਪੈਸਾ ਇਕੱਠਾ ਹੋ ਚੁੱਕਿਆ, ਜਿਹਦਾ ਨਤੀਜਾ ਇਹ ਵੀ ਜਿਹੜੇ ਸਾਡੇ ਪੱਕੇ ਖਰਚੇ ਨੇ, ਚਾਹੇ ਤਨਖਾਹਾਂ ਦੇਣੀਆਂ ਨੇ, ਚਾਹੇ ਪੈਨਸ਼ਨਾਂ ਦੇਣੀਆਂ ਨੇ, ਚਾਹੇ ਕਰਜ਼ਾ ਜਿਹੜਾ ਮੋੜਨਾ ਹੈ, ਜਾਂ ਹੋਰ ਜਿਹੜੇ ਐਸੇ ਖਰਚੇ ਹੁੰਦੇ ਨੇ ਜਿਹੜੇ ਨੋਨ ਪਲੈਨ ਐਕਸਪੈਂਡੀਚਰ, ਉਹ ਤਾਂ ਕਰਨੇ ਹੀ ਕਰਨੇ ਹੁੰਦੇ ਆ, ਉਹਦਾ ਜਿਹੜਾ ਪੈਸਾ ਸਾਨੂੰ ਘੱਟ ਇਕੱਠਾ ਹੁੰਦਾ, ਉਹਦਾ ਨਤੀਜਾ ਇਹ ਹੁੰਦਾ ਵੀ ਸਾਡਾ ਜੋ ਸਾਡੇ ਡਿਵੈਲਪਮੈਂਟ ਦੀਆਂ ਸਕੀਮਾਂ ਨੇ, ਪ੍ਰੋਗਰਾਮ ਨੇ, ਉਹ ਸਾਰੇ ਰੁਕ ਜਾਂਦੇ ਆ, ਕੈਪੀਟਲ ਐਕਸਪੈਂਡੀਚਰ ਸਾਰਾ ਰੁਕ ਜਾਂਦਾ ਹੈਗਾ, ਸੋ ਉਹਨੂੰ ਪ੍ਰਭਾਵਿਤ ਕਰਦਾ। ਇਹਨਾਂ ਨੇ ਪਿਛਲੀ ਵਾਰ ਵੀ ਬਹੁਤ ਜ਼ਿਆਦਾ ਦਿਖਾਇਆ ਸੀ ਇਨਕਮ, ਮੈਂ ਤਾਂ ਬਜਟ 'ਚ ਉਹਨਾਂ ਨੂੰ ਉਦੋਂ ਹੀ ਜਿਹੜਾ ਹੈ ਜਦ ਮੈਂ ਬਜਟ 'ਤੇ ਬੋਲਿਆ ਸੀ, ਮੈਂ ਉਹਨਾਂ ਨੂੰ ਕਿਹਾ ਸੀ ਵੀ ਤੁਸੀਂ ਜਿਸ ਤਰ੍ਹਾਂ ਦੇ ਲੋਕਾਂ ਨੂੰ ਅੰਕੜੇ ਦਿਖਾਏ ਨੇ ਤਾਂ ਪੂਰੇ ਹੋ ਹੀ ਨਹੀਂ ਸਕਦੇ, ਸੋ ਗੁੰਮਰਾਹ ਕਰਨ ਦੀ ਲੋੜ ਨਹੀਂ, ਆਪਾਂ ਤੱਥ ਲਿਆਓ, ਸਾਲ ਬਾਅਦ ਸਾਹਮਣੇ ਆ ਹੀ ਜਾਣਾ ਵੀ ਕੀ ਹੋਏਗਾ। ਸੋ ਹੁਣ ਵੀ ਮੈਨੂੰ ਲੱਗਦਾ ਇਹੀ ਕੁਛ ਕਰਨਗੇ ਇਹ, ਇਨਫਲੇਟਡ ਜਿਹੜਾ ਰੈਵਨਿਊਜ਼ ਦਿਖਾ ਕੇ ਇੱਕ ਜਿਹੜਾ ਬਜਟ ਨੂੰ ਜਿਹੜਾ ਹੈ ਡਿਸਕਸ਼ਨ ਤੱਕ ਸੀਮਿਤ ਰੱਖ ਕੇ ਉਹਨੂੰ ਜਿਹੜਾ ਹੈ ਟਪਾਉਣ ਦੀ ਕੋਸ਼ਿਸ਼ ਕਰਨਗੇ, ਪਰ ਮੈਨੂੰ ਕੋਈ ਆਸ ਨਹੀਂ ਵੀ ਇਹ ਆਉਣ ਵਾਲੇ ਸਮੇਂ 'ਚ ਜਿਹੜੇ ਵਾਅਦੇ ਇਹਨਾਂ ਨੇ ਪੂਰੇ ਕੀਤੇ ਉਹਦੀ ਕੋਈ ਆਸ ਨਹੀਂ ਲੱਗਦੀ ਪੂਰੇ ਕਰ ਸਕਦੇ ਆ। ਇਹ ਦੁੱਖ ਦੀ ਗੱਲ ਹੈ ਵੀ ਸਾਰੀਆਂ ਹੀ ਪਾਰਟੀਆਂ ਵੱਡੇ ਵੱਡੇ ਵਾਅਦੇ, ਉਹਨਾਂ ਨੂੰ ਵੀ ਪਤਾ ਹੁੰਦਾ ਵੀ ਵਾਅਦੇ ਪੂਰੇ ਨਹੀਂ ਕਰ ਸਕਦੇ, ਉਹ ਕਰਨ ਦੀ ਸਾਨੂੰ ਇੱਕ ਆਦਤ ਬਣ ਚੁੱਕੀ ਹੈ, ਜਿਹਦਾ ਨਤੀਜਾ ਕੀ ਹੁੰਦਾ ਹੈਗਾ ਵੀ ਅਸੀਂ ਗਲਤ ਜਗ੍ਹਾ ਜਿਹੜਾ ਪੈਸਾ ਲਾ ਬੈਠਦੇ ਹਾਂ, ਐਸੇ ਵਾਅਦੇ ਕਰ ਸਕਦੇ ਹਾਂ ਜਿਨ੍ਹਾਂ ਬਿਨਾਂ ਚੱਲ ਵੀ ਸਕਦਾ ਸਿਰਫ ਲੋਕ ਲੁਭਾਊ ਸੋਚ ਕੇ, ਅਤੇ ਲੰਬੇ ਸਮੇਂ ਲਈ ਜਿਹੜਾ ਸਾਡਾ ਆਰਥਿਕ ਹਾਲਾਤ ਨੇ, ਸਾਡਾ ਖਜ਼ਾਨਾ, ਉਹਦੇ 'ਤੇ ਅਸਰ ਪੈਂਦਾ ਹੈ। ਹਾਲਾਂਕਿ ਜਿਹੜਾ ਵਿੱਤ ਮੰਤਰੀ ਹੈ ਉਹ ਤਾਂ ਉਹਨੂੰ ਤਾਂ ਜੋ ਆਪਣਾ ਦਾਇਰਾ ਹੁੰਦਾ ਹੈ, ਜੋ ਪਾਰਟੀ ਵੱਲੋਂ ਜੋ ਸਰਕਾਰ ਵੱਲੋਂ ਦਾਇਰਾ ਫਿਕਸ ਹੁੰਦਾ, ਉਹਦੇ ਵਿੱਚ ਰਹਿ ਕੇ ਉਹਨੂੰ ਕੰਮ ਕਰਨਾ ਪੈਂਦਾ, ਕਿਉਂਕਿ ਪ੍ਰਾਇਓਰਟੀਜ਼ ਸਰਕਾਰ ਨੇ ਸੈੱਟ ਕਰਨੀਆਂ ਵੀ ਕਿਹੜੇ ਕੰਮਾਂ ਨੂੰ ਅਸੀਂ ਪਹਿਲ ਦੇਣੀ ਹੈ, ਕਿਹੜੀ ਸਕੀਮਾਂ ਨੂੰ ਅਸੀਂ ਪਹਿਲ ਦੇਣੀ ਹੈ, ਅਤੇ ਉਹਨਾਂ ਦੇ ਵਿੱਚ ਸਰਕਾਰ ਦੀ ਜਿਹੜੀ ਹੈ ਮਨਸ਼ਾ ਦੇ ਅਨੁਸਾਰ ਹੀ ਜਿਹੜਾ ਵਿੱਤ ਮੰਤਰੀ ਉਹਨੂੰ ਕੰਮ ਕਰਨਾ ਪੈਂਦਾ ਅਤੇ ਆਪਦਾ ਲੇਖਾ ਜੋਖਾ ਰੱਖਣਾ ਪੈਂਦਾ। ਢੀਂਡਸਾ ਸਾਹਿਬ, ਤੁਸੀਂ 5 ਸਾਲ ਲਗਾਤਾਰ ਬਜਟ ਪੇਸ਼ ਕੀਤਾ,
ਕੀ ਕੋਈ ਨੀਂਦ ਹਰਾਮ ਹੋ ਜਾਂਦੀ ਹੈ ਵਿੱਤ ਮੰਤਰੀ ਦੀ, ਮਤਲਬ ਕਿ ਬਜਟ ਪੇਸ਼ ਕਰਨ ਤੋਂ ਪਹਿਲੇ ਕੋਈ 2-4 ਦਿਨ ਮਤਲਬ ਕਿ ਸੋ ਪਾਉਂਦਾ ਨਹੀਂ ਸੋ ਪਾਉਂਦਾ, ਡਿਸਟਰਬ ਰਹਿੰਦੇ ਆ, ਕਿੱਦਾਂ ਦਾ ਹਾਲਾਤ ਕਿੱਦਾਂ ਦੇ ਰਹਿੰਦੇ ਆ, ਥੋੜ੍ਹਾ ਜਿਹਾ ਲੋਕਾਂ ਨੂੰ ਪਤਾ ਚੱਲੇ ਵੀ ਹਾਲਾਤ ਕਿੱਦਾਂ ਦੇ ਰਹਿੰਦੇ ਆ? ਨਹੀਂ, ਬਜਟ ਪੇਸ਼ ਕਰਨ ਵੇਲੇ ਤਾਂ ਕਿਉਂਕਿ ਤੁਸੀਂ ਸਾਰੇ ਨਾਲ, ਮੈਂ ਸਮਝਦਾ ਐਡੇ ਕੋਈ ਗੱਲ ਨਹੀਂ ਹੁੰਦੀ, ਇਹ ਤਾਂ ਜਦ ਸਾਲ ਦੇ ਵਿੱਚ ਵਿੱਚ ਜਦ ਥਰੂ ਆਊਟ ਦ ਈਅਰ ਜਦ ਸਾਡੇ ਜਦ ਆਮਦਨਾਂ ਘੱਟ ਜਾਂਦੀਆਂ, ਜਿੰਨੇ ਪੈਸੇ ਸਾਨੂੰ ਆਸ ਹੁੰਦੀ ਆ ਉਹ ਨਹੀਂ ਪੂਰੇ ਆਉਂਦੇ, ਜਿਹਦੇ ਕਰਕੇ ਅਸੀਂ ਓਵਰਡਰਾਫਟ ਚਲੇ ਜਾਂਦੇ ਹਾਂ ਜਾਂ ਸਾਨੂੰ ਤਨਖਾਹ ਦੇਣ 'ਚ ਪ੍ਰੋਬਲਮ ਆਉਂਦੀ ਹੈ, ਉਦੋਂ ਜ਼ਰੂਰ ਵਾਕਈ ਮਨ 'ਤੇ ਸਟ੍ਰੈਸ ਜ਼ਰੂਰ ਹੁੰਦਾ ਹੈਗਾ, ਕਿਉਂਕਿ ਆਖਰ ਕੋਈ ਇਹ ਤਾਂ ਦੇਖਦਾ ਨਹੀਂ ਵੀ ਪੈਸੇ ਨਹੀਂ ਇਕੱਠੇ ਹੋਏ ਜਾਂ ਰੈਵਨਿਊ ਜਿਹੜੇ ਨੇ ਵੱਖ ਵੱਖ ਮਹਿਕਮਿਆਂ ਤੋਂ ਜਿਹੜੇ ਆਉਣੇ ਚਾਹੀਦੇ ਸੀ ਉਹ ਮਹਿਕਮਿਆਂ ਤੋਂ ਨਹੀਂ ਇਕੱਠੇ ਹੋਏ, ਉਹ ਸਾਰਾ ਪ੍ਰੈਸ਼ਰ ਹੈ ਜਿਹੜਾ ਵਿੱਤ ਮੰਤਰੀ 'ਤੇ ਆ ਕੇ ਪੈ ਜਾਂਦਾ ਹੈਗਾ। ਦੂਜੇ ਪਾਸੇ ਮੁਲਾਜ਼ਮ ਵੀ ਹੈ, ਕਿਸਾਨ ਵੀ ਹੈ, ਉਹ ਸਾਰਿਆਂ ਦੀ ਇੱਛਾ ਹੁੰਦੀ ਹੈ ਵੀ ਸਾਨੂੰ ਜਿਹੜਾ ਹੈ ਆਹ ਸਹੂਲਤਾਂ ਸਾਡੀਆਂ ਜਿਹੜੀਆਂ ਚਾਲੂ ਰਹਿਣੀ ਚਾਹੀਦੀਆਂ। ਸੋ ਇੱਕ ਫਾਈਨ ਬੈਲੈਂਸ ਕਰਨਾ ਔਖਾ ਹੁੰਦਾ ਹੈਗਾ, ਜਿਹਦੇ ਕਰਕੇ ਸਮੇਂ ਸਮੇਂ 'ਤੇ ਸਾਲ ਦੇ ਵਿੱਚ ਸਟ੍ਰੈਸਿੰਗ ਸਿਚੁਏਸ਼ਨ ਤਾਂ ਹੁੰਦੀ ਹੈ, ਸਮਾਂ ਤਾਂ ਜਿਹੜਾ ਐਸਾ ਟੈਨਸ਼ਨ ਤਾਂ ਹੁੰਦੀ ਹੈ। ਇਸ ਵਾਰੀ ਇਹ ਵੀ ਕਿਹਾ ਜਾ ਰਿਹਾ ਵੀ ਕੇਂਦਰ ਸਰਕਾਰ ਨੇ ਕਾਫੀ ਕੁਛ ਸਟੇਟ ਨੂੰ ਜਿਹੜਾ ਕਿ ਹੱਥ ਖਿੱਚਿਆ ਹੋਇਆ ਸੀਗਾ, ਕਹਿੰਦੇ ਪਹਿਲੀ ਵਾਰ ਸ਼ਾਇਦ ਹੱਥ ਖੋਲ੍ਹਿਆ ਔਰ ਕੇਂਦਰ ਸਰਕਾਰ ਨੇ ਪੰਜਾਬ ਸਰਕਾਰ ਨੂੰ ਕਾਫੀ ਕੁਛ ਦੇਣ ਦੇ ਵਾਅਦੇ ਕਰ ਲਏ ਆ ਔਰ ਬਹੁਤ ਜਲਦੀ ਮਿਲਣ ਵਾਲਾ, ਕੀ ਲੱਗਦਾ ਤੁਹਾਨੂੰ? ਦੇਖੋ, ਜਿੱਥੋਂ ਤੱਕ ਕੇਂਦਰ ਦੀ ਗੱਲ ਹੈ, ਕੇਂਦਰ ਇੱਕ ਸੈੱਟ ਰੂਲਸ ਜੋ ਹੈਗੇ ਨੇ ਉਹਦੇ ਤਹਿਤ ਚੱਲਦੀ ਹੈ ਸਰਕਾਰ। ਉਹ ਕਿਸੇ ਸਰਕਾਰ ਸੂਬੇ ਨੂੰ ਜੋ ਉਹਨਾਂ ਦਾ ਹੱਕ ਮੰਨਦਾ ਨਾ ਤਾਂ ਰੋਕ ਸਕਦੀ ਹੈ ਅਤੇ ਨਾ ਹੀ ਕਿਸੇ ਨਾਲੋਂ ਵੱਧ ਦੇ ਸਕਦੀ। ਹਾਂ, ਕੋਈ ਪਰਟੀਕੁਲਰ ਕੋਈ ਪੈਕੇਜ ਦੇਣਾ ਹੈਗਾ ਉਹ ਵੀ ਸਕੀਮਸ ਦੇ ਵਿੱਚ ਰਹਿ ਕੇ ਦੇ ਸਕਦੀ ਹੈ। ਸੋ ਜੇ ਕਹੀਏ ਵੀ ਕੇਂਦਰ ਕੋਈ ਪੰਜਾਬ ਨੂੰ ਬਹੁਤ ਜ਼ਿਆਦਾ ਪੈਸਾ ਦੇ ਦੂਗੀ ਜਾਂ ਪੰਜਾਬ ਦਾ ਪੈਸਾ ਰੋਕ ਲੂ, ਉਹ ਨਹੀਂ ਰੋਕ ਸਕਦੀ, ਉਹਨੂੰ ਬਾਕੀ ਸੂਬਿਆਂ ਦੇ ਬਰਾਬਰ ਹੀ ਰੱਖਣਾ ਪੈਣਾ। ਜਿਹੜੀ ਕੋਈ ਜਿਵੇਂ GST ਕੰਪਨਸੇਸ਼ਨ ਸੀ, ਉਹ ਪੰਜਾਬ ਰੌਲਾ ਪਾ ਰਿਹਾ ਸੀ ਵੀ ਸਾਡੀ ਲੇਟ ਹੋ ਗਈ, ਉਹ ਇਕੱਲੇ ਪੰਜਾਬ ਦੀ ਨਹੀਂ ਸਾਰੇ ਦੇਸ਼ ਦੀ ਲੇਟ ਹੋਈ। ਉਹਨਾਂ ਨੇ ਫਿਰ ਜਦ ਅੱਗੇ ਰਿਲੀਜ਼ ਕਰਤੀ, ਸਾਰਿਆਂ ਦੀ ਇਕੱਠੀ ਰਿਲੀਜ਼ ਕੀਤੀ। ਇਸੇ ਤਰ੍ਹਾਂ ਜੋ ਡੈਵਲਿਊਸ਼ਨ ਦੇ ਫੰਡਸ ਨੇ, ਜੋ ਸੈਂਟਰ ਦੀਆਂ ਸਕੀਮਾਂ ਨੇ, ਉਹਦੇ ਵਿੱਚ ਜੋ ਪੈਸਾ ਐਲੋਕੇਟ ਹੁੰਦਾ ਹੈ ਉਹ ਹਿੱਸੇ ਮਹਿੰਦਾ ਹੀ ਹੋਊਗਾ, ਇਹ ਵੱਧ ਘੱਟ ਨਹੀਂ ਕਰ ਸਕਦੇ ਉਹ, ਉਹਦੇ ਨਾਲ 19 ਦਾ ਕੋਈ ਫਰਕ ਪਾ ਸਕਦੇ ਆ। ਉਹ ਤਾਂ ਫਿਰ ਅੱਗੇ ਸੂਬੇ 'ਤੇ ਨਿਰਭਰ ਕਰਦਾ ਹੈ ਵੀ ਜਿਹੜੀਆਂ ਸਕੀਮਾਂ ਨੇ ਕੇਂਦਰ ਦੀਆਂ ਉਹਦੀ ਯੂਟੀਲਾਈਜੇਸ਼ਨ ਕਿਵੇਂ ਕਰਨੀ। ਜਿੰਨੀ ਛੇਤੀ ਅਸੀਂ ਉਹਨਾਂ ਦਾ ਪੈਸਾ ਯੂਟੀਲਾਈਜ਼ ਕਰਦੇ ਹਾਂ ਉਨੀ ਛੇਤੀ ਉਹ ਸਾਨੂੰ ਅਗਲੀ ਕਿਸ਼ਤ ਭੇਜ ਦਿੰਦੇ ਆ। ਸੋ ਉੱਥੇ ਦਾ ਤਾਂ ਬੜਾ ਇੱਕ ਫਾਰਮਲਾਈਜ਼ਡ ਸਿਸਟਮ ਹੈ, ਉਹਦੇ ਵਿੱਚ ਕੋਈ ਜ਼ਿਆਦਾ ਜਿਹੜਾ ਹੇਰ ਫੇਰ, ਇਹ ਤਾਂ ਕਹਿਣ ਦੀਆਂ ਗੱਲਾਂ ਹੁੰਦੀਆਂ ਵੀ ਕੇਂਦਰ ਨੇ ਆਹ ਕਰਤਾ ਕੇਂਦਰ ਨੇ ਨਹੀਂ ਕੀਤਾ। ਸੋ ਇਹ ਆਖਰ ਅਲਟੀਮੇਟਲੀ ਸੂਬੇ 'ਤੇ ਆਪਦੇ 'ਤੇ ਜ਼ਿਆਦਾ ਨਿਰਭਰ ਕਰਦਾ ਹੈਗਾ ਵੀ ਉਹ ਰੈਵਨਿਊਜ਼ ਕਿਵੇਂ ਜਨਰੇਟ ਕਰਦਾ। ਟਿਲਸਰ ਸਾਹਿਬ, ਬਜਟ ਸੱਤਰ ਦਾ ਅੱਜ ਚੌਥਾ ਦਿਨ ਹੈ, ਪਰ ਮੈਂ ਦੇਖ ਰਿਹਾ ਲਗਾਤਾਰ ਤੁਸੀਂ ਮਤਲਬ ਕਿ ਵਿਧਾਨ ਸਭਾ 'ਚ 4 ਦਿਨਾਂ 'ਚ ਤੁਸੀਂ ਨਜ਼ਰ ਨਹੀਂ ਆਏ, ਕੀ ਵਜ੍ਹਾ ਮੰਨ ਰਹੇ ਹੋ, ਕੀ ਕਾਰਨ ਹੈ ਵੀ 4 ਦਿਨ ਹੋ ਗਏ ਔਰ ਮੈਨੂੰ ਲੱਗ ਨਹੀਂ ਰਿਹਾ ਅੱਗੇ ਵੀ ਤੁਸੀਂ ਵਿਧਾਨ ਸਭਾ 'ਚ ਜਾਓਗੇ? ਨਹੀਂ, ਮੈਂ ਸਪੀਕਰ ਸਾਹਿਬ ਨੂੰ ਮਿਲਿਆ ਸੀ, ਉਹਨਾਂ ਨੂੰ ਮੈਂ ਆਪਦਾ ਪੱਤਰ ਵੀ ਦਿੱਤਾ ਹੈ, ਉਹਦੇ ਵਿੱਚ ਮੈਂ ਇਹ ਉਹਨਾਂ ਨੂੰ ਬੇਨਤੀ ਕੀਤੀ ਹੈ ਕਿ ਮੈਨੂੰ, ਕਿਉਂਕਿ ਪਾਰਟੀ ਸ਼੍ਰੋਮਣੀ ਅਕਾਲੀ ਦਲ ਵੱਲੋਂ ਜਿਹੜਾ ਹੈ ਪਾਰਟੀ ਦੇ ਵਿੱਚੋਂ ਬਰਖਾਸਤ ਕਰ ਦਿੱਤਾ ਗਿਆ ਹੈ, ਇਸ ਲਈ ਮੈਨੂੰ ਜਿਹੜੀ ਹੈ ਸੈਪਰੇਟ ਸੀਟ ਅਲੋਟ ਕਰ ਦਿੱਤੀ ਜਾਵੇ। ਇੱਕ ਪਾਸੇ ਤਾਂ ਮੈਨੂੰ ਪਾਰਟੀ 'ਚੋਂ ਕੱਢਤਾ, ਹੁਣ ਮੇਰਾ ਪਾਰਟੀ ਦੇ ਵਿੱਚ MLA ਦੇ ਵਿੱਚ ਆ ਕੇ ਬਹਿਣਾ ਤਾਂ ਉਚਿਤ ਨਹੀਂ ਹੈ। ਉਹ ਸੀਟ ਮੈਨੂੰ ਜਦ ਤੱਕ ਨਵੀਂ ਅਲੋਟ ਨਹੀਂ ਕਰਦੇ ਉਹਨਾਂ ਚਿਰ ਮੈਂ ਸਮਝਦਾ ਮੈਂ ਵਿਧਾਨ ਸਭਾ ਦੇ ਵਿੱਚ ਨਹੀਂ ਜਾ ਸਕਾਂਗਾ। ਸੋ ਮੈਂ ਸਪੀਕਰ ਸਾਹਿਬ ਨੂੰ ਬੇਨਤੀ ਕੀਤੀ ਹੈ ਵੀ ਜਲਦੀ ਤੋਂ ਜਲਦੀ ਜਿਹੜਾ ਇਹ ਅਲੋਟਮੈਂਟ ਜਿਹੜੀ ਹੈ ਮੇਰੀ ਕਰਤੀ ਜਾਵੇ, ਤਾਂ ਕਿ ਮੈਂ ਹਾਊਸ ਦੀਆਂ ਪ੍ਰੋਸੀਡਿੰਗ 'ਚ ਹਿੱਸਾ ਲੈ ਸਕਾਂ, ਮੈਂ ਆਪਦੇ ਇਲਾਕੇ ਦੇ ਲੋਕਾਂ ਦੀਆਂ ਜੋ ਮੁਸ਼ਕਲਾਂ ਨੇ, ਜੋ ਲੋੜਾਂ ਨੇ, ਉਹਨਾਂ ਨੂੰ ਉੱਥੇ ਜਾ ਕੇ ਉਠਾ ਸਕਾਂ। ਉਹਦੇ ਸੰਬੰਧੀ ਮੈਂ ਉਹਨਾਂ ਨੂੰ ਮਿਲ ਕੇ ਰਿਕੁਐਸਟ ਕੀਤੀ ਹੈ, ਉਹਨਾਂ ਨੇ ਇਹਨੂੰ ਜਲਦੀ ਤੋਂ ਜਲਦੀ ਹੱਲ ਕਰਨ ਦਾ ਵਿਸ਼ਵਾਸ ਵੀ ਦਵਾਇਆ, ਬਾਕੀ ਹੁਣ ਉਹਨਾਂ 'ਤੇ ਨਿਰਭਰ ਕਰਦਾ ਕੀ ਕਰਦੇ। ਤੁਹਾਨੂੰ ਕੀ ਲੱਗਦਾ ਵੀ ਇਸ ਬਜਟ ਸੈਸ਼ਨ 'ਚ ਹੋਜੂਗਾ ਕਿ ਇਹ ਡਿਲੇ ਹੋਏਗਾ ਔਰ ਅਗਲੀ ਵਾਰੀ ਤੁਹਾਨੂੰ ਸੀਟ ਮਿਲ ਪਾਏਗੀ ਅਲੱਗ ਤੋਂ? ਇਹਦਾ ਤਾਂ ਜਵਾਬ ਸਪੀਕਰ ਸਾਹਿਬ ਦੇ ਸਕਦੇ ਆ ਵੀ ਕਦ ਤੱਕ ਕਰ ਸਕਦੇ ਹੋ। ਮੈਂ ਤਾਂ ਚਾਹਾਂਗਾ ਵੀ ਜਲਦੀ ਤੋਂ ਜਲਦੀ, ਮੈਂ ਤਾਂ ਕਹਿਣਾ ਅੱਜ ਹੀ ਕਰ ਦੇਣ, ਪਰ ਹਜੇ ਤੱਕ ਜਿਹੜਾ ਇਹ ਨਹੀਂ ਹੋਇਆ, ਇਸ ਲਈ ਮੈਂ ਤਾਂ ਕਰਕੇ ਨਹੀਂ ਗਿਆ। ਸੁਖਦੇਵ ਢੀਂਡਸਾ ਅਤੇ ਪਰਮਿੰਦਰ ਢੀਂਡਸਾ ਨੂੰ ਪਾਰਟੀ 'ਚੋਂ ਕੱਢਣ ਲਈ ਸ਼੍ਰੋਮਣੀ ਅਕਾਲੀ ਦਲ ਨੇ ਸੰਗਰੂਰ ਰੈਲੀ ਕੀਤੀ, ਤੁਸੀਂ ਉਸਦਾ ਜਵਾਬ ਦੇਣ ਲਈ ਤੁਸੀਂ ਵੀ ਉਸੀ ਜਗ੍ਹਾ 'ਤੇ ਦੁਬਾਰਾ ਰੈਲੀ ਕੀਤੀ, ਤੁਹਾਡੇ 'ਤੇ ਆਰੋਪ ਲੱਗ ਰਹੇ ਨੇ ਉਸ ਰੈਲੀ ਤੋਂ ਬਾਅਦ, ਜਿਹੜੀ ਤੁਹਾਡੀ ਰੈਲੀ ਸੀ ਉਸ ਤੋਂ ਬਾਅਦ ਲੱਗ ਰਹੇ ਨੇ ਵੀ ਜਿਹੜੀ ਇਹ ਰੈਲੀ ਹੈ ਇਹ ਕਾਂਗਰਸ ਨਾਲ ਮਿਲ ਕੇ ਰੈਲੀ ਕੀਤੀ ਜਾ ਰਹੀ ਹੈ, ਕਾਂਗਰਸ ਦੇ ਵਰਕਰਾਂ ਨੂੰ ਬੁਲਾਇਆ ਗਿਆ, ਕਾਂਗਰਸ ਦਾ ਇਕੱਠ ਦਿਖਾਇਆ ਗਿਆ, ਜਿਹੜਾ
ਸ਼ਕਤੀ ਪ੍ਰਦਰਸ਼ਨ ਸੀਗਾ, ਮੈਂ ਉਸ 'ਚ ਕਾਂਗਰਸ ਦਾ ਸਹਿਯੋਗ ਲਿੱਤਾ ਗਿਆ। ਇੰਨਾ ਹੀ ਨਹੀਂ, ਸੁਣਿਓ, ਇਹ ਵੀ ਕਿਹਾ ਜਾ ਰਿਹਾ ਵੀ ਜਿਹੜਾ ਏਜੰਡਾ ਤੁਸੀਂ ਉੱਥੇ ਦਿਖਾਇਆ ਵੀ SGPC ਨੂੰ ਅਸੀਂ ਅਕਾਲੀ ਦਲ ਮੁਕਤ ਕਰਾਂਗੇ, ਕਹਿੰਦੇ ਇਹ ਏਜੰਡੇ 'ਤੇ ਤਾਂ ਕਾਂਗਰਸ ਚੱਲ ਰਹੀ ਸੀ ਔਰ ਇਹੀ ਏਜੰਡਾ ਢੀਂਡਸਾ ਫੈਮਿਲੀ ਵੀ ਲੈ ਕੇ ਚੱਲ ਰਹੀ ਹੈ। ਪਹਿਲੀ ਗੱਲ ਤਾਂ ਇਹ ਦੱਸੋ, ਇਹ ਕਿਹਾ ਕਿਹਨੇ ਹੈ ਵੀ ਕਾਂਗਰਸ ਦੇ ਸਮਰਥਨ ਨਾਲ ਇਹ ਰੈਲੀ ਕੀਤੀ ਗਈ ਹੈ? ਇਹਦਾ ਜਵਾਬ ਮੈਂ ਪਹਿਲਾਂ ਤੁਹਾਡੇ ਤੋਂ ਹੀ ਮੰਗਦਾ, ਕਿਹਨੇ ਕਿਹਾ? ਨਹੀਂ, ਇਹ ਅਕਾਲੀ ਦਲ ਨੇ ਬਕਾਇਦਾ ਇਸ ਚੀਜ਼ ਦਾ ਪ੍ਰੈਸ ਨੋਟ ਜਾਰੀ ਕੀਤਾ ਔਰ ਉਹਨੂੰ ਫਲੋਪ ਸ਼ੋਅ ਕਹਿੰਦੇ ਹੋਏ ਆ ਸਾਰੀਆਂ ਗੱਲਾਂ ਉਸ 'ਚ। ਦੂਜੀ ਗੱਲ ਹੈ, ਸਾਡੀ ਰੈਲੀ 'ਚ ਲੋਕਾਂ ਦੀਆਂ ਫੋਟੋਆਂ, ਰੈਲੀ 'ਚ ਕਿੰਨੇ ਹਜ਼ਾਰਾਂ ਲੋਕ ਬੈਠੇ ਦੇ ਤੁਸੀਂ ਦੇਖੇ ਹੋਣੇ ਆ। ਉਹਨਾਂ 'ਚੋਂ ਇਹ ਦੱਸਣ ਤਾਂ ਸਹੀ ਅਕਾਲੀ ਦਲ ਵੀ ਇੱਕ ਬੰਦੇ 'ਤੇ ਵੀ ਆਹ ਬੰਦਾ ਕਾਂਗਰਸੀ ਹੈ, ਇਹ ਕਾਂਗਰਸ ਦਾ ਨੁਮਾਇੰਦਾ ਹੈ। ਹਜ਼ਾਰਾਂ ਦੀ ਗਿਣਤੀ 'ਚ ਲੋਕ ਆਏ, ਕਾਂਗਰਸੀ ਇੱਕ ਤਾਂ ਦਿਖਾ ਨਹੀਂ ਸਕੇ ਇਹ, ਕਹਿਣ ਨੂੰ ਹੁਣ ਜੋ ਮਰਜ਼ੀ ਕਹੀਆਂ, ਇਹਨਾਂ ਦੀ ਬੁਖਲਾਹਟ ਦੀ ਨਿਸ਼ਾਨੀ ਹੈ। ਲੋਕ ਜਿਹੜੇ ਨੇ, ਜੋ ਅਸੀਂ ਏਜੰਡਾ ਲੈ ਕੇ ਚੱਲੇ ਹਾਂ, SGPC ਨੂੰ ਚੰਗੇ ਲੋਕਾਂ ਦੀ ਅਗਵਾਈ ਜਿਹੜੀ ਹੈ ਮਿਲੇ, ਸੱਚੇ ਸੁੱਚੇ ਲੋਕ ਜਿਹੜੀ ਸੇਵਾ ਭਾਵਨਾ ਨਾਲ ਸਿੱਖ ਕੌਮ ਦੀ ਸੇਵਾ ਕਰਨਾ ਚਾਹੁੰਦੇ ਨੇ, ਉਹ ਲੋਕ ਸੇਵਾ ਦੀ ਉਹਨਾਂ ਨੂੰ ਜ਼ਿੰਮੇਵਾਰੀ ਮਿਲੇ, ਉਹ ਅਸੀਂ ਮਿਸ਼ਨ ਲੈ ਕੇ ਚੱਲੇ ਹਾਂ। ਸਾਡਾ ਆਪਦਾ ਤਾਂ ਕੋਈ SGPC ਨਾਲ ਕੋਈ ਨਾ, ਢੀਂਡਸਾ ਸਾਹਿਬ ਨੇ ਚੋਣ ਲੜਨੀ ਹੈ, ਉਹਨਾਂ ਨੇ ਤਾਂ ਕਿਹਾ ਮੈਂ ਕੋਈ ਵੀ ਚੋਣ ਨਹੀਂ ਲੜਨੀ, ਨਾ ਮੈਂ SGPC, ਮੈਂ SGPC ਦੀ ਚੋਣ ਲੜਨੀ ਹੈ। ਸੋ ਸਾਡਾ ਕੀ ਇੰਟਰਸਟ ਹੈ? ਸਾਡਾ ਸਿਰਫ ਇੰਟਰਸਟ ਇਹ ਹੈ ਵੀ ਜਿਹੜੀ SGPC ਜਿਹੜੀ ਵੀ ਚੁਣੀ ਜਾਂਦੀ ਹੈ ਉਹ ਖੁਦ ਮੁਖਤਿਆਰ ਹੋਵੇ, ਆਪਦੇ ਫੈਸਲੇ ਲੈਣ ਦੀ ਸਮਰੱਥਾ ਹੋਵੇ, ਜਿਹੜਾ ਵੀ ਕੋਈ ਪ੍ਰਧਾਨ ਬਣਦਾ ਹੈ ਉਹ ਸਿੱਖ ਕੌਮ ਦੇ ਹਿੱਤ ਦੇ ਵਿੱਚ ਸਾਰੇ SGPC ਨੂੰ ਨਾਲ ਲੈ ਕੇ ਜਿਹੜਾ ਫੈਸਲੇ ਲਵੇ, ਕੋਈ ਉਹਨਾਂ ਦੇ ਜਿਹੜੇ ਫੈਸਲੇ ਨੇ ਉਹ ਦਿੱਲੀ ਤੋਂ ਨਾ ਲਿਖ ਕੇ ਆਉਣ, ਉਹ ਇੱਕ ਪਰਿਵਾਰ ਨਾ ਕਰੇ, ਉੱਥੋਂ ਨਾ ਮਤੇ ਬਣ ਕੇ ਆਉਣ। ਸਾਡਾ ਨਿਸ਼ਾਨਾ ਸਿਰਫ ਇੰਨਾ ਹੀ ਹੈ, ਅਤੇ ਜੇ ਸਾਡਾ ਨਿਸ਼ਾਨਾ ਇਹ ਜੋ ਅਸੀਂ ਗੱਲ ਕੀਤੀ ਹੈ, ਇਹ ਆਮ ਲੋਕਾਂ ਦੀ ਭਾਵਨਾ ਹੈ, ਇਹ ਸਿੱਖਾਂ ਦੀ ਭਾਵਨਾ ਹੈ। ਸਾਰੇ ਜਿਹੜੇ ਲੋਕ ਚਾਹੁੰਦੇ ਨੇ ਵੀ SGPC ਦੀ ਜਿਹੜੀ ਹੈ ਵਰਕਿੰਗ ਹੈ, ਜਿਸ ਤਰੀਕੇ ਨਾਲ SGPC ਚੱਲ ਰਹੀ ਹੈ ਉਹਦੇ ਵਿੱਚ ਬਹੁਤ ਵੱਡੇ ਪੱਧਰ 'ਤੇ ਸੁਧਾਰ ਲਿਆਉਣ ਦੀ ਲੋੜ ਹੈ। ਜੇ ਅਸੀਂ ਲੋਕਾਂ ਦੀ ਭਾਵਨਾ ਵਿਅਕਤ ਕੀਤੀ ਹੈ ਤਾਂ ਉਹਨੂੰ ਇਹ ਕਾਂਗਰਸੀ ਕਹਿ ਰਹੇ ਨੇ। ਸੋ ਇਹਨਾਂ ਦੀ ਬੁਖਲਾਹਟ ਦੀ ਨਿਸ਼ਾਨੀ ਹੈ, ਇਹ ਲੋਕਾਂ ਦਾ ਪਿਆਰ ਸੀ, ਲੋਕਾਂ ਦਾ ਵੱਡੀ ਵੱਡੀ ਗਿਣਤੀ ਦੇ ਵਿੱਚ ਜਿਹੜੇ ਆਏ ਨੇ ਉੱਥੇ ਸਾਰੇ ਉਹ ਸਾਡੇ ਪਰਿਵਾਰ ਨਾਲ ਲੰਬੇ ਸਮੇਂ ਤੋਂ ਜੁੜੇ ਹੋਏ ਲੋਕ, ਜਾਂ ਜਿਹੜੇ ਸਿੱਖ ਕੌਮ ਪ੍ਰਤੀ ਜਾਂ ਅਕਾਲੀ ਦਲ ਪ੍ਰਤੀ ਜਿਹੜਾ ਪਿਆਰ ਕਰਨ ਵਾਲੇ ਲੋਕ, ਜਿਹੜੇ ਲੋਕ ਅਕਾਲੀ ਦਲ ਨੂੰ ਚਾਹੁੰਦੇ ਨੇ ਵੀ ਅਸਲ ਪੁਰਾਣੀਆਂ ਉਹਨਾਂ ਸਿਧਾਂਤਾਂ 'ਤੇ ਉਹਨਾਂ ਲੀਹਾਂ 'ਤੇ ਚੱਲੇ, ਉਹ ਲੋਕ ਉੱਥੇ ਜਿਹੜਾ ਭਾਗ ਲੈਣ ਆਏ। ਹੁਣ ਅਕਾਲੀ ਦਲ ਤੋਂ ਤੁਸੀਂ ਛੱਡ ਦਿਓ, ਤੁਸੀਂ ਸੰਗਰੂਰ ਦੇ ਵਿੱਚ ਆਮ ਲੋਕਾਂ ਤੋਂ ਜਾ ਕੇ ਪੁੱਛੋ, ਪਿੰਡਾਂ ਦੇ ਵਿੱਚ ਆਮ ਲੋਕਾਂ ਤੋਂ ਜਾ ਕੇ ਪੁੱਛੋ ਵੀ ਉਹ ਰੈਲੀ 'ਚ ਕੌਣ ਗਿਆ ਸੀ, ਕੀ ਕਾਂਗਰਸ ਨੇ ਕੋਈ ਮਦਦ ਕੀਤੀ, ਕਾਂਗਰਸ ਦੀ ਮਦਦ ਸਾਨੂੰ ਸਾਬਤ ਕਰ ਦੇਣ ਇਹ। ਸੋ ਇਸ ਲਈ ਇਹ ਤਾਂ ਉਹਨਾਂ ਦੀ ਬਖਲਾਹਟ ਦੀਆਂ ਗੱਲਾਂ ਨੇ, ਹੋਰ ਕੁਛ ਨਹੀਂ। ਏਜੰਡਾ ਸੇਮ ਹੈ, ਕਾਂਗਰਸ ਵੀ SGPC ਨੂੰ ਅਕਾਲੀ ਦਲ ਮੁਕਤ ਕਰਾਉਣਾ ਚਾਹੁੰਦੀ ਹੈ, ਤੁਸੀਂ ਵੀ ਅਕਾਲੀ ਦਲ ਮੁਕਤ SGPC ਕਰਾਉਣਾ ਚਾਹੁੰਦੇ ਹੋ, ਕੀ ਇਸ ਮਾਮਲੇ 'ਚ ਤੁਸੀਂ ਕਾਂਗਰਸ ਦਾ ਸਹਿਯੋਗ ਲਓਗੇ ਜਾਂ ਕਾਂਗਰਸ ਨੂੰ ਸਹਿਯੋਗ ਦਿਓਗੇ? ਅਸੀਂ ਕਾਂਗਰਸ ਤੋਂ ਕਦੇ ਸਹਿਯੋਗ ਨਹੀਂ ਮੰਗਾਂਗੇ ਅਤੇ ਨਾ ਹੀ ਸਾਨੂੰ ਕਾਂਗਰਸ ਦੇ ਸਹਿਯੋਗ ਦੀ ਲੋੜ ਹੈ। ਇਹ ਤਾਂ ਲੋਕਾਂ ਨੇ ਫੈਸਲਾ ਕਰਨਾ ਹੈ, ਇਹ ਤਾਂ ਜੋ ਸੰਗਤ ਹੈ ਉਹਨਾਂ ਨੇ ਫੈਸਲਾ ਕਰਨਾ, ਉਹਨਾਂ ਦੀਆਂ ਭਾਵਨਾ ਕਰਨੀਆਂ, ਕਾਂਗਰਸ ਨੇ ਥੋੜ੍ਹਾ ਫੈਸਲਾ ਕਰਨਾ, ਨਾ ਹੀ ਅਕਾਲੀ ਦਲ ਨੇ ਕਰਨਾ, ਨਾ ਹੀ ਅਸੀਂ ਕਰਨਾ। ਅਸੀਂ ਤਾਂ ਇੱਕ ਸੋਚ, ਇੱਕ ਏਜੰਡਾ ਲੈ ਕੇ ਲੋਕਾਂ 'ਚ ਜਾਵਾਂਗੇ। ਸਾਡਾ ਕਾਂਗਰਸ ਨਾਲ ਕੋਈ ਸਰੋਕਾਰ ਨਹੀਂ, ਨਾ ਹੀ ਸਾਡਾ ਕਾਂਗਰਸ ਨਾਲ ਕੋਈ ਮਤਲਬ ਹੈ। ਅਸੀਂ ਤਾਂ ਕਾਂਗਰਸ ਨਾਲ ਹੁਣ ਤਾਂ ਲੜਦੇ ਆਏ ਹਾਂ, ਅੱਗੇ ਵੀ ਲੜਦੇ ਰਹਾਂਗੇ। ਤੁਸੀਂ ਇੱਕ ਹੋਰ ਗੱਲ ਕੀਤੀ ਵੀ ਅਕਾਲੀ ਦਲ ਤੋਂ ਜਿਹੜੀ ਪ੍ਰਧਾਨਗੀ ਹੈ ਸੁਖਬੀਰ ਬਾਦਲ ਦੀ, ਉਸ ਤੋਂ ਅਸੀਂ ਉਹਨਾਂ ਨੂੰ ਹਟਾਵਾਂਗੇ, ਅਤੇ ਤੁਸੀਂ ਤਾਂ ਪਾਰਟੀ ਛੱਡ ਕੇ ਬਾਹਰ ਆ ਗਏ, ਪਾਰਟੀ 'ਚ ਰਹਿ ਕੇ ਹਟਾਉਣਾ ਜ਼ਿਆਦਾ ਈਜ਼ੀ ਸੀਗਾ ਜਾਂ ਪਾਰਟੀ ਛੱਡ ਕੇ ਬਾਹਰ ਆ ਕੇ ਉਹਨਾਂ ਨੂੰ ਪਦ ਤੋਂ ਲਾਉਣਾ ਜ਼ਿਆਦਾ ਈਜ਼ੀ ਹੈ? ਨਹੀਂ, ਅਸੀਂ ਤਾਂ ਪਾਰਟੀ ਨਹੀਂ ਛੱਡੀ, ਸਾਨੂੰ ਪਾਰਟੀ 'ਚੋਂ ਕੱਢਿਆ ਗਿਆ। ਅਤੇ ਦੂਜੀ ਗੱਲ ਇਹ ਹੈ, ਅਸੀਂ ਤਾਂ ਇਹੀ ਕਹਿੰਦੇ ਹਾਂ ਵੀ ਅਸੀਂ ਕੋਈ ਐਸੀ ਗੱਲ ਨਹੀਂ ਕੀਤੀ ਜਿਹੜੀ ਪਾਰਟੀ ਦੇ ਖਿਲਾਫ ਹੋਵੇ। ਅਸੀਂ ਸਿਰਫ ਸਰਦਾਰ ਸੁਖਬੀਰ ਸਿੰਘ ਬਾਦਲ ਦਾ ਜੋ ਪਾਰਟੀ ਚਲਾਉਣ ਦਾ ਤਰੀਕਾ ਹੈ, ਜੋ ਲਏ ਗਏ ਫੈਸਲੇ ਸੀ ਉਹਨਾਂ ਦਾ ਵਿਰੋਧ ਕੀਤਾ, ਜਾਂ ਜੋ ਹੁਣ ਵੀ ਜੋ ਫੈਸਲੇ ਉਹ ਲੈਂਦੇ ਨੇ ਉਹਨਾਂ ਦਾ ਵਿਰੋਧ ਕੀਤਾ। ਜੇ ਇੱਕ ਵਿਅਕਤੀ ਦਾ ਵਿਰੋਧ ਕਰਨਾ ਤਾਂ ਮਤਲਬ ਇਹ ਹੋ ਗਿਆ ਵੀ ਵਿਅਕਤੀ ਪਾਰਟੀ ਨਾਲੋਂ ਵੱਡਾ ਹੋ ਗਿਆ, ਪਾਰਟੀ ਦੇ ਹਿੱਤ ਬਾਅਦ 'ਚ ਹੋ ਗਏ, ਵਿਅਕਤੀ ਦੇ ਹਿੱਤ ਪਹਿਲਾਂ ਆ ਗਏ, ਇਹ ਤਾਂ ਇਹੀ ਸਾਬਤ ਕਰਦਾ ਨਾ। ਸੋ ਸ਼੍ਰੋਮਣੀ ਅਕਾਲੀ ਦਲ ਅੱਜ ਇਸ ਕਦਾਰ 'ਤੇ ਆ ਕੇ ਪਹੁੰਚ ਗਈ ਵੀ ਅੱਜ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਪਾਰਟੀ ਨਾਲੋਂ ਵੱਡਾ ਹੋ ਗਿਆ, ਇਸ ਲਈ ਪਾਰਟੀ ਦੇ ਪ੍ਰਧਾਨ ਦੇ ਖਿਲਾਫ਼ ਬੋਲਣ ਨਾਲ ਵਾਸਤੇ, ਪਾਰਟੀ ਦੇ ਹਿੱਤਾਂ ਦੇ ਹੱਕ 'ਚ ਬੋਲਣ ਲਈ ਸਾਨੂੰ ਪਾਰਟੀ 'ਚੋਂ ਕੱਢ ਦਿੱਤਾ ਗਿਆ, ਬਿਨਾਂ ਨੋਟਿਸ ਦਿੱਤੇ, ਬਿਨਾਂ ਸਾਡਾ ਜਵਾਬ ਲਏ,
ਅਤੇ ਅੱਜ ਤੱਕ ਵੀ ਸਾਨੂੰ ਬਰਖਾਸਤੀ ਦਾ ਚਿੱਠੀ ਨਹੀਂ ਆਈ। ਸੋ ਇਹ ਇਹ ਹੈ ਤਾਨਾਸ਼ਾਹੀ ਰਵੱਈਆ। ਅਤੇ ਅਸੀਂ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਜੰਮੇ ਹਾਂ, ਅਸੀਂ ਅਕਾਲੀ ਹਾਂ ਅਤੇ ਅਕਾਲੀ ਰਹਾਂਗੇ। ਸਾਡਾ ਮਿਸ਼ਨ ਸਿਰਫ ਅਕਾਲੀ ਦਲ ਨੂੰ ਦੁਬਾਰੇ ਸਥਾਪਿਤ ਕਰਨਾ ਹੈ, ਲੋਕਾਂ ਦੇ ਦਿਲਾਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਸਥਾਪਿਤ ਕਰਨਾ ਹੈ, ਉਹਨਾਂ ਸਿਧਾਂਤਾਂ 'ਤੇ, ਉਸ ਸੋਚ 'ਤੇ ਜਿਹਦੇ ਵਾਸਤੇ ਸਾਡੇ ਬਜ਼ੁਰਗ ਲੜਦੇ ਰਹੇ, ਜਿਹਦੇ ਵਾਸਤੇ ਸ਼੍ਰੋਮਣੀ ਅਕਾਲੀ ਦਲ ਬਣਿਆ, ਉਹਨਾਂ 'ਤੇ ਦੁਬਾਰੇ ਸ਼੍ਰੋਮਣੀ ਅਕਾਲੀ ਦਲ ਨੂੰ ਲਿਆਉਣਾ, ਇਹ ਸਾਡਾ ਨਿਸ਼ਾਨਾ ਹੈ। ਅਤੇ ਉਹ ਤਾਂ ਹੀ ਪੂਰਾ ਹੋਊਗਾ ਜੇ ਅਸੀਂ ਇੱਕ ਪਰਿਵਾਰ ਤੋਂ ਅਕਾਲੀ ਦਲ ਨੂੰ ਮੁਕਤ ਕਰਾਂਗੇ। ਚਲੋ, ਥੈਂਕ ਯੂ। ਇਹ ਸੀਗੇ ਪਰਮਿੰਦਰ ਢੀਂਡਸਾ ਜੀ, ਜਿਨ੍ਹਾਂ ਦਾ ਕਹਿਣਾ ਹੈ ਕਿ ਇੱਕ ਪਰਿਵਾਰ ਤੋਂ ਅਕਾਲੀ ਦਲ ਨੂੰ ਮੁਕਤ ਕਰਨ ਦੀ ਇਹ ਮੁਹਿੰਮ ਹੈ, ਔਰ ਉਹ ਮੰਨਦੇ ਆ ਉਹ ਅਸੀਂ ਵੀ ਅੱਜ ਵੀ ਅਸੀਂ ਅਕਾਲੀ ਹੈ, ਪਹਿਲੇ ਵੀ ਅਕਾਲੀ ਸੀ ਔਰ ਅੱਗੇ ਆਉਣ ਵਾਲੇ ਸਮੇਂ ਵੀ ਅਕਾਲੀ ਰਹਿਣਗੇ। ਦੂਜਾ ਉਹਨਾਂ ਨੇ ਕਿਹਾ ਵੀ ਜਿਹੜਾ ਕੱਲ੍ਹ ਵਿੱਤ ਮੰਤਰੀ ਮਨਪ੍ਰੀਤ ਬਾਦਲ ਬਜਟ ਪੇਸ਼ ਕਰਨਗੇ, ਉਹਨਾਂ ਨੂੰ ਉਸ 'ਚ ਕੋਈ ਉਮੀਦ ਨਜ਼ਰ ਨਹੀਂ ਆ ਰਹੀ। ਉਹਨਾਂ ਦਾ ਕਹਿਣਾ ਹੈ ਕਿ ਲੋਕਾਂ ਨੂੰ ਜਿੱਦਾਂ ਪਿਛਲੀ ਵਾਰੀ ਢੌਸਲੇ ਦਿਖਾਏ ਗਏ, ਉਸੀ ਤਰ੍ਹਾਂ ਇਸ ਵਾਰੀ ਵੀ ਦਿਖਾਉਣ ਦੀ ਕੋਸ਼ਿਸ਼ ਕੀਤੀ ਜਾਏਗੀ, ਕਿਉਂਕਿ ਜਿਹੜਾ ਇਨਕਮ ਅਤੇ ਖਰਚੇ ਦਾ ਗੈਪ ਹੈ ਉਹ ਬਹੁਤ ਜ਼ਿਆਦਾ, ਉਹ ਪਿਛਲੀ ਵਾਰੀ ਵੀ ਬਹੁਤ ਜ਼ਿਆਦਾ ਸੀਗਾ ਔਰ ਇਸ ਵਾਰੀ ਵੀ ਰਹਿਣ ਦੀ ਬਹੁਤ ਜ਼ਿਆਦਾ ਰਹਿਣ ਦੀ ਉਮੀਦ ਹੈ। ਮੈਂ ਦਿਨੇਸ਼ ਗੋਇਲ, ਕੈਮਰਾਮੈਨ ਦੀਪਕ ਦੇ ਨਾਲ, ਦੈਨਿਕ ਸਵੇਰਾ ਟੀਵੀ ਲਈ, ਚੰਡੀਗੜ੍ਹ ਤੋਂ। All World Open Challenge 17 time gold medalist Mia Rafiq Mohammed Pandit Maulvi Begum Tantrik inna chora thagga to savdan specialist Vashikaran satta number love marriage pati patni ch anban videsh ch pakka hona karobar da na chalna sirf 31 ghantiyan vich samadhan free 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 Mia Rafiq Mohammed mobile 84374 94647 84374 94648।